ਭਰਾ ਨੂੰ ਜ਼ਰੂਰ ਆਪਣੇ ਨਾਲ ਰੱਖਣਾ ਚਾਹੀਦਾ ਤੇ ਇਹ ਲੜ ਨਹੀਂ ਸਕਦੇ, ਲੜਾਈ ਲੜ ਨਹੀਂ ਸਕਦੇ। ਆਪਾਂ ਸਭ ਤੋਂ ਪਹਿਲਾਂ ਆਪਣਾ ਘਰ ਸਟਰੋਂਗ ਕਰੀਏ। ਜਿੰਨੀਆਂ ਵੀ ਮਨ ਦੀਆਂ ਵਲਵਲੇ ਨੇ ਬਿਲਕੁਲ ਸਹੀ ਨੇ ਔਰ ਬਿਲਕੁਲ ਜਾਇਜ਼ ਨੇ ਮੰਗਾਂ ਇਹਨਾਂ ਦੀਆਂ, ਜੋ ਇਹ ਕਹਿ ਰਹੇ ਨੇ ਬਿਲਕੁਲ ਗੱਲਾਂ ਸਹੀ ਕਹਿ ਰਹੇ ਨੇ। ਔਰ ਮੈਂ ਇਸ ਤੋਂ ਬਾਅਦ ਬਾਂਗਾ ਜੀ ਨੂੰ ਦੱਸਣਾ ਚਾਹੁੰਦਾ, ਸਾਰੇ MLA ਜਿਹੜੇ ਕੰਸਰਨਡ ਹੈ ਉਹਨਾਂ ਨੂੰ ਮਿਲਿਆ ਜਾਊਗਾ 10 ਤੋਂ 15 ਦਿਨ ਦੇ ਵਿੱਚ, ਠੀਕ ਹੈ। ਉਹ ਸਾਰਿਆਂ ਨੂੰ ਦੱਸੀਦਾ, ਬਾਕੀ ਜਿਹੜੀ ਕੋਈ ਜੇ ਕਿਸੇ ਦਾ ਰਹਿ ਗਿਆ ਤਾਂ ਉਹਨੂੰ ਪਰਸਨਲੀ ਤੌਰ ਤੇ ਵੀ ਮੈਸੇਜ ਪਾਤਾ ਜਾਊਗਾ। ਹੁਣ ਧੂਮਨ ਸਾਹਿਬ 2 ਸ਼ਬਦ ਕਹਿਣਗੇ, ਉਸ ਤੋਂ ਬਾਅਦ ਬਾਂਗਾ ਜੀ ਥੈਂਕਸ ਕਰਨਗੇ, ਕਿਉਂਕਿ ਮੌਸਮ ਨਾ ਕਿਤੇ ਖਰਾਬ ਹੋ ਜਾਵੇ ਤੇ ਜਿਹੜਾ ਆਪਾਂ ਲੰਚ ਦਾ ਕਿਤੇ ਪ੍ਰੋਗਰਾਮ ਰੱਖਿਆ ਉਹ ਨਾ ਖਰਾਬ ਹੋ ਜਾਵੇ, ਇਸ ਕਰਕੇ ਰਿਕੁਐਸਟ ਹੈ ਵੀ ਆਪਾਂ ਇਹਨੂੰ ਕੰਪਾਈਲ ਕਰਾਂਗੇ, ਧੂਮਨ ਸਾਹਿਬ ਬੋਲਣਗੇ। ਮੇਨ ਏਜੰਡਾ ਸੀ ਕਿ ਸਰਕਾਰ ਦੀਆਂ ਪਾਲਿਸੀਆਂ ਥੋੜੀਆਂ ਸਾਨੂੰ ਬਹੁਤ ਤੰਗ ਕਰ ਰਹੀਆਂ, NOCs ਜਾਰੀ ਨਹੀਂ ਕੀਤੀਆਂ ਜਾ ਰਹੀਆਂ, 3-3 ਮਹੀਨੇ ਤੋਂ ਲੋਕ ਧੱਕੇ ਖਾ ਰਹੇ ਨੇ ਗਲਾਡਾ ਆਫਿਸ, ਕਦੀ ਉਹਨਾਂ ਦਾ ਪੋਰਟਲ ਬੰਦ ਹੋ ਜਾਂਦਾ, ਕਦੀ ਉਹ ਕਹਿੰਦੇ ਆ ਜੀ ਆਹ ਡਾਕੂਮੈਂਟ ਪੂਰਾ ਨਹੀਂ। ਸਾਰੇ ਡਾਕੂਮੈਂਟ ਪੂਰੇ ਹੋਣ ਤੋਂ ਬਾਅਦ ਵੀ ਗਲਾਡਾ ਵੱਲੋਂ NOC ਜਾਰੀ ਨਹੀਂ ਕੀਤੀ ਜਾ ਰਹੀ, ਨਾ ਕੋਈ ਪਾਲਿਸੀ ਹੈ ਜਿਹਦਾ ਕਿਸੇ ਦਾ ਬੰਦੇ ਦਾ 100-150 ਗਾਇਜ਼ ਦਾ ਜਗ੍ਹਾ ਪਈ ਹੈ ਚੁੰਗੀ ਤੋਂ ਬਾਹਰ ਗਲਾਡਾ 'ਚ, ਉਹਨੂੰ ਬਣਾਉਣ ਦੀ ਕੋਈ ਪਾਲਿਸੀ ਨਹੀਂ। ਰਿਸ਼ਵਤ ਦੇ ਦਿਓ ਤਾਂ ਉਹ ਬਣ ਜਾਂਦੀ ਹੈ, 1210 ਗਾਇਜ਼ ਤੱਕ ਕਹਿੰਦੇ ਬਣਾ ਲਓ ਤੇ ਛੋਟਾ ਬੰਦਾ ਕਿੱਥੇ ਜਾਵੇ ਜੀ। ਜੇ ਤੁਹਾਡੇ ਕੋਲ 800 ਗਾਇਜ਼ ਦਾ ਪਲਾਟ ਹੈ, ਤੁਸੀਂ ਆਪਣਾ ਬੱਚਾ ਬਾਹਰ ਭੇਜਣਾ, 200 ਗਾਇਜ਼ ਵੇਚਣਾ ਚਾਹੁੰਦੇ ਹੋ, ਤੁਹਾਡੇ ਕੋਲ 800 ਗਾਇਜ਼ ਦੀ NOC ਹੈਗੀ, ਨਹੀਂ ਵੇਚ ਸਕਦੇ, ਕਿਹੜਾ ਕਾਨੂੰਨ ਹੈ ਇਹ, ਕਿਹੜਾ ਕਾਨੂੰਨ ਹੈ ਜਿਹੜਾ ਕਹਿੰਦਾ ਕਿ ਅਸੀਂ 200 ਗਾਇਜ਼ ਨਹੀਂ ਵੇਚ ਸਕਦੇ ਪਿੱਛੋਂ? ਤੁਹਾਡੇ ਘਰੇ ਤੁਹਾਡੇ ਕੋਲ ਫਰੂਟ ਵਾਲੀ ਰੇਹੜੀ ਕੋਲੇ ਸਾਲੇ 12 ਕਿੱਲੇ ਪਏ ਆ, ਕਿ ਉਹ 4 ਕਿੱਲੇ ਨਹੀਂ ਵੇਚ ਸਕਦਾ? ਉਹ 4 ਕਿੱਲੇ ਵੇਚ ਸਕਦਾ ਜੀ, 200 ਗਾਇਜ਼ ਦਾ ਪਲਾਟ ਨਹੀਂ ਵੇਚ ਸਕਦੇ ਵਿੱਚੋਂ, ਕਿਹੜਾ ਗੁਨਾਹ ਕਰ ਲਿਆ ਪ੍ਰਾਪਰਟੀ ਵਾਲਿਆਂ ਨੇ ਦੱਸੋ? ਅੱਛਾ, ਇੱਕ ਮੀਟਰ ਨੂੰ ਲੈ ਕੇ ਵੀ ਦਿੱਕਤ ਆ ਰਹੀ ਹੈ, ਮੀਟਰ ਨੂੰ CM ਸਾਹਿਬ ਆਉਂਦੇ ਆ ਇੱਥੇ ਆ ਕੇ ਕਹਿ ਦਿੰਦੇ ਆ ਜੀ ਮੀਟਰ ਲਗਾਓ ਜੀ, ਗਰੀਬ ਦਾ ਬੱਚਾ ਪੜ੍ਹਦਾ, ਦੱਸੋ ਜੀ ਕਿਹੜੇ ਮੀਟਰ ਲੱਗ ਗਏ, ਕਿਹੜੀ ਚਿੱਠੀ ਜਾਰੀ ਕਰਤੀ SC ਨੇ ਵੀ ਜਿਹੜੇ ਉੱਥੇ ਵੀ ਮੀਟਰ ਲੱਗਣ ਜਾਣਗੇ, ਆਪਣਾ ਆਉਂਦੇ ਆ ਪੰਜਾ ਚੱਕਦੇ ਆ ਕਲੋਨੀ ਢਾਂਚ ਚਲੇ ਜਾਂਦੇ ਆ, ਕਲੋਨੀਆਂ 'ਚ ਕੌਣ ਰਹਿ ਰਿਹਾ ਜੀ? 50-100-150 ਗਾਇਜ਼ ਦੀ ਕਲੋਨੀਆਂ 'ਚ ਜਿਹੜਾ ਗਰੀਬ ਬੰਦਾ ਰਹਿ ਰਿਹਾ ਉਹਨੇ ਕੀ ਗੁਨਾਹ ਕਰ ਲਿਆ ਮਕਾਨ ਪਾ ਲਿਆ? ਜਦੋਂ ਮਕਾਨ ਬਣ ਰਹੇ ਸੀ ਉਦੋਂ ਤੁਸੀਂ ਕਿੱਥੇ ਸੀ? ਉਹ ਤੁਸੀਂ ਉਹਦਾ ਮਕਾਨ ਰੋਕਿਆ ਬਣਨ ਤੋਂ, ਅੱਜ ਤੁਸੀਂ ਮੂੰਹ ਚੱਕ ਕੇ ਉਹਦਾ ਮਕਾਨ ਢਾਣ ਚਲੇ ਜਾਂਦੇ ਹੋ। ਮਤਲਬ ਕੋਈ ਪਾਲਿਸੀ ਨਹੀਂ, ਕੋਈ ਕੁਛ ਨਹੀਂ। ਹਰਿਆਣਾ ਗੌਰਮੈਂਟ ਨੇ 2023 ਤੱਕ ਦੀਆਂ ਸਾਰੀਆਂ ਕਲੋਨੀਆਂ ਅਪਰੂਵ ਕਰਤੀਆਂ, ਇਹਨਾਂ ਨੂੰ ਗਰੀਬ ਬੰਦੇ ਦਾ ਦਰਦ ਨਹੀਂ ਨਜ਼ਰ ਆਉਂਦਾ। 1000 ਰੁਪਇਆ ਗਾਈ ਭਗਵੰਤ ਮਾਨ ਕਹਿੰਦਾ ਦੇਣਾ, 3 ਸਾਲ ਰਹਿ ਗਏ, 36,000 ਰੁਪਇਆ ਦਿੱਤਾ ਜਾਊਗਾ ਜੀ ਦੇਦਾ, ਤੇ 40,000 ਰੁਪਇਆ ਤਹਿਸੀਲਦਾਰ NOC ਦਾ ਮੰਗਦਾ ਗਰੀਬ ਬੰਦੇ ਤੋਂ, ਕਿੱਥੇ ਜਾਊਗਾ ਉਹ ਦੱਸੋ? ਗਰੀਬ ਬੰਦਾ ਪ੍ਰੋਪਰਟੀ ਵਾਲਿਆਂ ਦਾ ਬਹੁਤ ਜ਼ਿਆਦਾ ਨੁਕਸਾਨ ਵੀ ਹੋ ਰਿਹਾ, ਨੁਕਸਾਨ ਕੰਮ ਬੰਦ ਵੀ ਹੈ। ਹਾਂ, ਪ੍ਰੋਪਰਟੀ ਵਾਲੇ ਤਾਂ ਇੰਨੇ ਕਾਲੇ ਹੈ, ਬਸ ਸਮੇਂ ਲਾ ਹਫ਼ਤੇ ਬਾਅਦ ਦੁਕਾਨ ਤੇ ਤਾਲੇ ਹੈ। ਹਰੇਕ ਬੰਦੇ ਨੂੰ ਫੇਰ ਕਹਿੰਦਾ ਆਪਣੇ ਘਰ ਦੇ ਬਾਹਰ ਫਲੈਕਸ ਲਾਓ, ਸਰਕਾਰ ਦਾ ਜੇ ਸਰਕਾਰ ਸਾਡੀ ਗੱਲ ਨਹੀਂ ਸੁਣਦੀ ਸਰਕਾਰ ਤੱਕ ਆਪਣੀ ਗੱਲ ਪਹੁੰਚਾਓ। 50,000 ਬੰਦਾ ਪ੍ਰੋਪਰਟੀ ਦੇ ਕਿੱਤੇ ਨਾਲ ਜੁੜਿਆ ਹੋਇਆ, ਜਿਹੜਾ ਦੁਕਾਨਦਾਰ ਕੰਮ ਕਰਦਾ ਉਹ ਪਲਾਟ ਲੈਂਦਾ, ਜਿਹੜਾ ਇੰਡਸਟਰੀ 'ਚ ਕੰਮ ਕਰਦਾ ਉਹ ਪਲਾਟ ਲੈਂਦਾ, ਜਿਹੜਾ ਡੀਲਰ ਆ ਉਹ ਪਲਾਟ ਲੈਂਦਾ, ਜਿਹੜਾ ਮਜ਼ਦੂਰ ਹੈ ਉਹ ਮਕਾਨ ਤੇ ਕੰਮ ਕਰਦਾ। ਪਰ CM ਸਾਹਿਬ ਕਹਿ ਰਹੇ ਵੀ ਲਗਾਤਾਰ ਅਸੀਂ ਆਨਲਾਈਨ ਕਰਤਾ, 21 ਦਿਨ ਦੇ ਵਿੱਚ ਜਿਹੜੀ NOC ਮਿਲ ਜਾਂਦੀ ਹੈ, ਪਰ ਲੱਗਦਾ ਹੈ ਕਿ ਭਾਈ ਸਾਹਿਬ 21 ਦਿਨ ਤਾਂ ਨਾ, ਮੈਨੂੰ ਲੱਗਦਾ ਬੰਦੇ ਨੂੰ ਚੱਕਰ ਮਾਰ ਮਾਰ ਕੇ ਇਹੀ ਦੱਸਣ ਨੂੰ ਲਾ ਦਿੰਦੇ ਆ ਵੀ ਤੈਨੂੰ ਡਾਕੂਮੈਂਟ ਕਿਹੜੇ ਕਿਹੜੇ ਚਾਹੀਦੇ ਆ। ਇਹਨਾਂ ਦਾ ਪੋਰਟਲ ਦੇਖੋ ਚੱਲਦਾ, ਤਹਿਸੀਲਦਾਰ ਟਾਈਮ ਸਿਰ ਨਹੀਂ ਆਉਂਦਾ, ਤਹਿਸੀਲਦਾਰ ਆਉਂਦਾ 2 ਵਜੇ ਆਉਂਦਾ, ਲੇਡੀਜ਼ ਬੱਚਿਆਂ ਨਾਲ ਆ ਕੇ ਰਜਿਸਟਰੀਆਂ ਕਰਾਉਣ ਨੂੰ ਖੜਿਆ ਰਹਿੰਦੀਆਂ, ਕੋਈ ਤਹਿਸੀਲਦਾਰ ਦੀ ਟਾਈਮਿੰਗ ਨਹੀਂ ਆ ਵੀ ਇਹਨੇ 10 ਤੋਂ 5 ਆਉਣਾ। ਉਹ ਭਗਵੰਤ ਮਾਨ ਜੀ ਕਹਿੰਦੇ ਵੀ 9 ਵਜੇ ਤੋਂ ਬੰਦਾ ਆ ਜਾਂਦਾ, 9 ਵਜੇ ਕਿਹੜਾ ਤਹਿਸੀਲਦਾਰ ਦਫ਼ਤਰਾਂ ਦਾ? ਦੱਸੋ ਵੀ ਜਿਹੜੀ ਸਰਕਾਰ ਕਹਿ ਰਹੀ ਸੀ ਵੀ ਕਰਪਸ਼ਨ ਖਤਮ ਕਰ ਲਾਂਗੇ, ਕਰਪਸ਼ਨ ਹੋਰ ਵੱਧ ਗਈ ਹੈ? ਕਰਪਸ਼ਨ ਦਾ ਸਰ ਇੰਨੀ ਹੋ ਗਈ ਵੀ ਜੇ ਹਾਲ ਰਹੇ ਨਾ ਤੇ ਕਹਿੰਦੇ ਨੇ ਲੋਕੀ ਕਹਿੰਦੇ ਵਾਪਸ ਆਉਗੇ, ਮੈਨੂੰ ਲੱਗਦਾ ਪੰਜਾਬ ਅੱਧਾ ਖਾਲੀ ਹੋ ਗਿਆ, ਤਾਂ ਹੋਰ ਹੋ ਜਾਣਾ ਜੇ ਪਾਲਿਸੀਆਂ ਸਹੀ ਨਾ ਹੋਈਆਂ ਤਾਂ। 100 ਗੁਣਾ ਵੱਧ ਕੇ ਕਰਪਸ਼ਨ ਦੇਖੋ ਗੱਲ ਇਸ ਤਰ੍ਹਾਂ ਦੋਸਤੋ, ਜਿਹੜਾ ਰੀਅਲ ਅਸਟੇਟ ਦਾ ਕਾਰੋਬਾਰ ਹੈ ਇਹ ਬਹੁਤ ਵੱਡੀ ਇੰਡਸਟਰੀ ਹੈ ਬੇਸਿਕਲੀ, ਤੇ ਅਸੀਂ ਲੁਧਿਆਣੇ ਤੋਂ
ਜਿਹੜੀ ਸਾਡਾ ਕਾਰੋਬਾਰ ਪ੍ਰੋਪਰਟੀ ਡੀਲਰਾਂ ਦਾ ਜਾਂ ਹੋਰ ਰੀਅਲ ਅਸਟੇਟ ਦਾ, ਸ਼ੁਰੂ ਤੋਂ ਸਰਕਾਰ ਵੱਡੇ ਘਰਾਣਾ ਨਾਲ ਜਿਹੜੇ ਅਪਰੂਵਡ ਵੱਡੇ ਲੈਵਲ 'ਤੇ ਕਲੋਨੀਆਂ ਕੱਟਦੇ ਨੇ, ਸਰਕਾਰ ਸ਼ੁਰੂ ਤੋਂ ਉਹਨਾਂ ਨਾਲ ਉਹਨਾਂ ਵੱਲ ਦੇਖ ਕੇ ਚੱਲਦੀ ਹੈ। ਜਦਕਿ ਸਰਕਾਰ ਦੀ ਆਪਣੀ ਕੋਈ ਪਾਲਿਸੀ ਨਹੀਂ ਹੈ, ਗਲਾਡਾ ਦੀ ਆਪਣੀ ਕੋਈ ਪਾਲਿਸੀ ਨਹੀਂ ਹੈ, ਕੋਈ ਉਹਨਾਂ ਦੀ ਸਕੀਮ ਨਹੀਂ ਆਈ ਅੱਜ ਤੱਕ ਆਈ ਕਿ ਕਿਸੇ ਗਰੀਬ ਨੂੰ 50-100 ਗਜ਼ ਦਾ ਘਰ ਦੇਣਾ। ਜੇ ਸਰਕਾਰ 50-100 ਗਜ਼ ਦਾ ਘਰ ਨਹੀਂ ਦਿੰਦੀ, ਪਲੋਟ ਨਹੀਂ ਦਿੰਦੀ ਕਿਸੇ ਗਰੀਬ ਨੂੰ, ਤੇ ਕਲੋਨਾਈਜ਼ਰਾਂ ਨੇ ਤਾਂ 50-100 ਗਜ਼ ਦੇ ਪਲੋਟ ਕੱਟਣੇ ਨੇ ਨਾ। ਜਦੋਂ ਕੱਟਦੇ ਨੇ ਸਰਕਾਰ ਕੋਲੋਂ ਮਿੰਤਾਂ ਤਰਲੇ ਕਰਦੇ ਜਾ ਕੇ ਵੀ ਸਾਡੀ ਕਲੋਨੀ ਅਪਰੂਵ ਕਰ ਦਿਓ, ਕਰ ਦਿਓ, ਕਰ ਦਿਓ, ਸਰਕਾਰ 2-2, 3-3 ਸਾਲ ਗੇੜੇ ਕਢਾ ਕੇ, ਕੋਈ ਉਹਨਾਂ ਦਾ ਸਿੰਗਲ ਵਿੰਡੋ ਸਿਸਟਮ ਨਹੀਂ ਹੈਗਾ ਵੀ ਜਾ ਕੇ ਤੁਸੀਂ ਫਾਈਲ ਲਗਾਓ ਤਾਂ ਤੁਹਾਡਾ ਕੰਮ ਹੋ ਜਾਊਗਾ। ਸਰਕਾਰ ਜਾਂ ਜਿਹੜੇ ਥੱਲੇ ਅਫਸਰ ਬੈਠੇ ਆ ਸਿਰਫ ਆਪਣੇ ਨਿੱਜੀ ਇੰਟਰਸਟ ਦੇ ਚੱਕਰ ਦੇ ਵਿੱਚ ਕਿਸੇ ਦਾ ਕੋਈ NOC ਕੋਈ ਫਾਈਲ ਅਪਰੂਵ ਨਹੀਂ ਕਰਦੀ। ਨਾ ਸਰਕਾਰ ਕੋਈ ਪਾਲਿਸੀ ਲੈ ਕੇ ਆਉਂਦੀ ਹੈ, ਨਾ ਕੋਈ ਕਲੋਨੀ ਕੱਟਦੀ ਹੈ। ਜਿਹੜੇ ਆਮ ਲੋਕ ਕਲੋਨਾਈਜ਼ਰ ਕਲੋਨੀਆਂ ਕੱਟਦੇ ਨੇ, ਉਹ ਕੱਟਣ ਤੋਂ ਬਾਅਦ ਉਹ ਕਹਿੰਦੇ ਸਾਡੀ ਫੀਸ ਜਮ੍ਹਾਂ ਕਰਾ ਲਓ, ਸਾਨੂੰ ਤੁਸੀਂ ਸਾਨੂੰ NOCਆਂ ਦੇ ਦਿਓ, ਉਹ ਜਾ ਕੇ ਗਰੀਬ ਲੋਕਾਂ ਦੇ 50-50, 100-100 ਗਜ਼ ਦੇ ਘਰ ਢਾਣੇ ਸ਼ੁਰੂ ਕਰ ਦਿੰਦੇ ਆ। ਆਮ ਬੰਦਾ, ਆਮ ਜਿਹੜਾ ਸ਼ਹਿਰੀ ਹੈ, ਉਹ ਕਿੱਥੇ ਜਾਵੇ? ਇਹਦਾ ਕੋਈ ਦਰਦ ਸਮਝਦਾ ਨਹੀਂ ਸਰਕਾਰ। ਕਦੀ ਮੈਂ ਅਸੀਂ ਭਗਵੰਤ ਮਾਨ ਜੀ ਕਹਿੰਦੇ ਆ ਮੈਂ ਆਹ ਕੰਮ ਕਰਤਾ, ਉਹ ਕਰਤਾ, ਆਹ ਡਿਵੈਲਪਮੈਂਟ ਕਰਤੀ। ਸਰਕਾਰ ਬੇਸਿਕਲੀ ਸਿਰਫ ਹਵਾ 'ਚ ਕੰਮ ਕਰ ਰਹੀ ਹੈ, ਪ੍ਰੈਕਟੀਕਲੀ ਜ਼ਮੀਨੀ ਆਧਾਰ 'ਤੇ ਕੋਈ ਕੰਮ ਨਹੀਂ ਹੋ ਰਿਹਾ ਸਰਕਾਰ ਵੱਲੋਂ। ਔਰ ਸੁਣੋ ਸੁਣੋ, ਔਰ ਜਿਹੜੀਆਂ ਤਹਿਸੀਲਾਂ ਦੇ ਵਿੱਚ ਤਹਿਸੀਲਦਾਰ ਬੈਠੇ ਆ ਉਹ ਆਪਣੀ ਪੂਰੀ ਮਨਮਾਨੀ ਕਰਦੇ ਪਏ ਆ। ਕਿਆ ਸਰਕਾਰ ਨੂੰ ਇਹ ਨਜ਼ਰ ਨਹੀਂ ਆਉਂਦਾ? DC ਸਾਹਿਬ ਨੂੰ ਇਹ ਨਜ਼ਰ ਨਹੀਂ ਆਉਂਦਾ? MLA ਨੂੰ ਨਜ਼ਰ ਨਹੀਂ ਆਉਂਦਾ? ਸਭ ਨੂੰ ਸਭ ਕੁਝ ਪਤਾ, ਕਿਉਂਕਿ ਸਭ ਦੇ ਪਰਸਨਲ ਇੰਟਰਸਟ ਨੇ, ਚਾਹੇ ਸਰਕਾਰ ਦੇ ਨੁਮਾਇੰਦੇ ਨੇ, ਚਾਹੇ ਉਹ ਅਫਸਰ ਬੈਠੇ ਉੱਪਰ। ਅਸੀਂ ਚਾਹੁੰਦੇ ਹਾਂ ਕਿ ਆਮ 50 ਗਜ਼ ਦੇ ਬੰਦੇ ਕੋਲੋਂ ਤੁਸੀਂ 50-50 ਹਜ਼ਾਰ ਰੁਪਏ ਰਿਸ਼ਤੀ ਦਾ ਰਿਸ਼ਵਤ ਲਓਗੇ ਵੀ NOC ਤੋਂ ਬਿਨਾਂ NOC ਖੋਲਣੀ ਨਹੀਂ। ਇੱਥੇ ਰਿਸ਼ਵਤ ਵਧਾਤੀ, ਆਮ ਗਰੀਬ ਆਦਮੀ ਪਿਸ ਰਿਹਾ, ਉਹਨੂੰ ਕੌਣ ਦੇਖ ਰਿਹਾ ਦੱਸੋ ਅੱਜ? ਉਹਦਾ ਕੀ ਹਾਲ ਹੈ? MLA ਨਹੀਂ ਮਿਲੀ ਭੁਗਤ। ਮੈਂ ਕਹਿੰਦਾ ਹਰ ਨੁਮਾਇੰਦੇ ਦੀ ਗੱਲ ਕਰ ਰਿਹਾ, ਇਹ ਨਹੀਂ ਸਾਡੇ ਵੈਸਟ ਸਾਰੀਆਂ ਤਹਿਸੀਲਾਂ ਦੇ ਵਿੱਚ ਬਾਊ ਜੀ ਰੋਜ਼ ਲੱਖਾਂ ਰੁਪਈਆ ਰਿਸ਼ਵਤ ਜਾ ਰਹੀ ਹੈ। ਤਹਿਸੀਲਦਾਰ ਰਿਸ਼ਵਤ ਲੈ ਰਿਹਾ, ਉਹ ਕੱਲਾ ਨਹੀਂ ਲੈ ਰਿਹਾ, ਉਹਦੀ ਕੋਈ ਹਿੰਮਤ ਨਹੀਂ ਹੈ ਕੱਲਾ ਰਿਸ਼ਵਤ ਲੈਂਦੇ ਦੀ। ਉਹ ਸਾਰਾ ਚੇਨ ਸਿਸਟਮ ਬਣਿਆ ਹੋਇਆ, ਤੇ ਇਹ ਚੇਨ ਕਿਹਨੇ ਤੋੜਨੀ ਹੈ ਜੀ? ਇਹ ਭਗਵੰਤ ਮਾਨ ਜੀ ਨੂੰ ਇਹ ਨਜ਼ਰ ਨਹੀਂ ਆਉਂਦਾ? ਭਗਵੰਤ ਮਾਨ ਜੀ ਜਿਹੜੀਆਂ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ, ਜਿਹੜੇ ਪੋਸਟ ਲਾਉਂਦੇ ਆ ਯੂਨੀਪੋਲ ਦੇ ਉੱਤੇ, ਮੈਂ ਆਹ ਇੰਨੀਆਂ ਨੌਕਰੀਆਂ ਦੇ ਦਿੱਤੀਆਂ, ਆਹ ਡਿਵੈਲਪਮੈਂਟ ਕਰਤੀ, ਕਿ ਭਗਵੰਤ ਮਾਨ ਜੀ ਇਹ ਸਾਡੇ ਲੱਖਾਂ ਬੰਦੇ ਦਾ ਕੀਤਾ ਪ੍ਰੋਪਰਟੀ ਡੀਲਰਾਂ ਦਾ, ਤੇ ਉਹਨਾਂ ਨੂੰ ਕਿਹਨੇ ਦੇਖਣਾ ਜੀ? ਸੈਂਟਰ ਤੱਕ ਗੱਲ ਪਹੁੰਚਾਓਗੇ ਸਰ ਆਪਣੀ? ਬਿਲਕੁਲ ਪਹੁੰਚਾਵਾਂਗੇ। ਅਸੀਂ ਹੁਣ ਸਾਰਿਆਂ ਨੇ ਇਕੱਠ ਕਰ ਲਿਆ, ਅੱਜ ਇਹ ਮੀਟਿੰਗ ਇਸੇ ਕਰਕੇ ਕੀਤੀ ਹੈ ਕਿ ਅਸੀਂ ਇੱਕ ਪੂਰੀ ਬੋਡੀ ਬਣਾਵਾਂਗੇ। ਜੇ ਸਾਡੀ ਸੁਣਵਾਈ ਨਹੀਂ ਕੀਤੀ, ਅਸੀਂ ਹਰ ਕਦਮ ਚੱਕਾਂਗੇ, ਹਰ ਕੰਮ ਕਰਾਂਗੇ ਜਿਹੜਾ ਸਾਡੇ ਕੀਤੇ ਨੂੰ ਰੈਗੂਲਰ ਨਹੀਂ ਕਰੂਗਾ, ਤੇ ਅਸੀਂ ਹਰ ਕਦਮ ਤੱਕ ਜਾਵਾਂਗੇ। ਹਾਂਜੀ, ਪ੍ਰੈਸ ਵਾਲਿਆਂ ਦਾ ਧੰਨਵਾਦੀ ਹਾਂ ਕਿ ਤੁਸੀਂ ਅੱਜ ਇੱਥੇ ਸਾਡੇ ਵਿੱਚ ਆਏ, ਔਰ ਸਾਡੀ ਲੁਧਿਆਣਾ ਕਲੋਨਾਈਜ਼ਰ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦੀ ਅੱਜ ਤੁਸੀਂ ਇਹ ਕਵਰਿੰਗ ਕਰ ਰਹੇ ਹੋ। ਦੋਸਤੋ, ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਮੈਂ ਇੱਕ ਆਮ ਆਦਮੀ ਪਾਰਟੀ ਦਾ ਛੋਟਾ ਜਿਹਾ ਵਾਰਡ ਲੈਵਲ ਦਾ ਵਰਕਰ, ਔਰ ਇਹ ਜਿਹੜੀ ਸਾਨੂੰ ਪ੍ਰੋਬਲਮ ਆ ਰਹੀ ਹੈ, ਕਿਉਂਕਿ ਮੈਂ ਡੀਲਰ ਐਸੋਸੀਏਸ਼ਨ ਓਲਡ ਰਾਜਪੁਰਾ ਰੋਡ ਪ੍ਰੋਪਰਟੀ ਡੀਲਰ ਐਸੋਸੀਏਸ਼ਨ ਦਾ ਪ੍ਰੈਜ਼ੀਡੈਂਟ ਵੀ ਹਾਂ, ਇਹ ਅੱਜ ਦੀ ਨਹੀਂ ਹੈ, 2010 ਤੋਂ ਲੈ ਕੇ ਅਸੀਂ ਇਹਦੇ ਵਿੱਚ ਪਿਸ ਰਹੇ ਹਾਂ।
ਸਾਰੀਆਂ ਸਰਕਾਰਾਂ ਦੇ ਕੋਲ ਸਾਡੇ ਨੁਮਾਇੰਦੇ ਸਾਡੇ MLA ਚਾਹੇ ਉਹ ਅਕਾਲੀ ਦਲ ਦੇ ਸੀ ਚਾਹੇ ਉਹ BJP ਦੇ ਸੀ ਚਾਹੇ ਉਹ ਕਾਂਗਰਸ ਦੇ ਸੀ, ਅਸੀਂ ਸਾਰੇ ਹੀ ਇਸ ਮੁੱਦੇ ਨੂੰ ਲੈ ਕੇ ਚੱਲਦੇ ਆਏ ਹਾਂ ਔਰ ਚੱਲ ਰਹੇ ਹਾਂ। ਅੱਜ ਵੀ ਅਸੀਂ ਇਹ ਮੁੱਦੇ ਨੂੰ ਆਪਣੇ ਨੂੰ ਲੈ ਕੇ ਜੋ ਤਹਿਸੀਲਾਂ ਦੇ ਵਿੱਚ ਮੇਰੇ ਵੀਰ ਨੇ ਦੱਸਿਆ ਵੀ ਆਹ ਕੁਛ ਹੋ ਰਿਹਾ, ਇਹ ਮੈਟਰ ਨੂੰ ਲੈ ਕੇ ਵੀ ਅਸੀਂ ਆਪਣੇ MLA ਸਾਹਿਬਾਨਾਂ ਨਾਲ ਔਰ MLA ਸਾਹਿਬਾਨਾਂ ਨੇ ਉੱਤੇ ਤੱਕ ਬਿਲਕੁਲ ਇਹ ਸਾਡੇ ਸਾਰੀਆਂ ਨੌਲੇਜ 'ਚ ਆ ਰਹੀਆਂ ਨੇ ਚੀਜ਼ਾਂ ਔਰ ਇਹਦੇ ਉੱਤੇ ਬਹੁਤ ਹੀ ਜਲਦੀ, ਕਿਉਂ ਕਿਉਂਕਿ ਇੱਕ ਪੋਲਿਸੀ 2022 ਦੀ ਸਾਡੀ ਸਰਕਾਰ ਜਿਹੜੀ ਹੈ ਉਹ ਕਲੋਨਾਈਜ਼ਰਾਂ ਔਰ ਪ੍ਰੋਪਰਟੀ ਡੀਲਰਾਂ ਵਾਸਤੇ ਬਣਾਉਣ ਜਾ ਰਹੀ ਸੀਗੀ, ਲੇਕਿਨ ਹਾਈ ਕੋਰਟ ਦੇ ਇੱਕ ਸਟੇਅ ਆਰਡਰ ਕਰਕੇ ਉਹ ਪੋਲਿਸੀ ਪੈਂਡਿੰਗ ਪਈ ਹੈ ਔਰ ਮੈਨੂੰ ਇਹ ਲੱਗਦਾ ਕਿ ਸਰਕਾਰ ਬਹੁਤ ਜਲਦੀ ਕੋਰਟ ਤੋਂ ਉਹਦੇ ਵਿੱਚ ਉਹ ਲੈ ਕੇ ਕੋਰਟ ਦੇ ਵਿੱਚ ਪੇਸ਼ ਹੋ ਕੇ ਉਹ ਪੋਲਿਸੀ ਨੂੰ ਲਿਆਏਗੀ ਔਰ ਸਾਨੂੰ ਰਾਹਤ ਤਾਂ ਬਹੁਤ ਜਲਦੀ ਮਿਲੇਗਾ, ਲੇਕਿਨ ਫਿਲਹਾਲ ਸਾਨੂੰ ਕੋਈ ਰਾਹਤ। ਸਰ ਲੱਗਦਾ ਵੀ 2018 ਦੇ ਵਿੱਚ ਜਿਹੜੀ ਆਖਰੀ ਪੋਲਿਸੀ ਆਈ ਸੀ ਉਸ ਤੋਂ ਬਾਅਦ ਜਿਹੜੇ ਵੀ ਉਸ ਤੋਂ ਬਾਅਦ ਜਿਹੜੇ ਪਲਾਟ ਖਰੀਦੇ ਗਏ ਨੇ, ਸਰਕਾਰ ਕਹਿ ਰਹੀ ਹੈ ਕਿ ਉਹਨਾਂ ਨੂੰ NOC ਨਹੀਂ ਦਿੱਤੀ ਹੈਗੀ, ਲੱਗਦਾ ਕਿ ਉਸ ਕਰਕੇ ਵੀ ਦਿੱਕਤ ਆ ਰਹੀ ਹੈ ਕਿਉਂਕਿ 2018 ਤੋਂ ਬਾਅਦ ਬਹੁਤ ਲੋਕਾਂ ਨੇ ਖਰੀਦਿਆ। ਦੇਖੋ 2018 ਦੇ ਵਿੱਚ ਅਸੀਂ ਸਰਕਾਰ ਨੂੰ ਮਿਲੇ ਸੀ, ਸਾਡੇ ਨੁਮਾਇੰਦੇ ਹੀ ਮਿਲੇ ਸੀ ਔਰ ਅਸੀਂ ਇੱਕ ਉਹਨਾਂ ਨੂੰ ਆਸ਼ਵਾਸਨ ਦਿੱਤਾ ਸੀ ਕਿ ਅੱਜ ਤੋਂ ਬਾਅਦ ਅਸੀਂ ਕੋਈ ਵੀ ਅਨਰੈਗੂਲਰ ਕਲੋਨੀ ਨਹੀਂ ਕੱਟਾਂਗੇ, ਪਰ ਉਹ ਬਦਕਿਸਮਤੀ ਹੈ ਸਾਡੀ ਕਿ ਅਸੀਂ ਉਹ ਨਹੀਂ ਰੁਕੇ ਉਸ ਗੱਲ ਤੋਂ ਔਰ ਉਹ ਚੀਜ਼ ਨੂੰ ਅਸੀਂ ਅੱਜ ਫੇਰ ਕਹਿੰਦੇ ਹਾਂ ਵੀ ਅਸੀਂ ਉਦੋਂ ਵਾਅਦਾ ਕੀਤਾ ਸੀ, ਹੁਣ ਅੱਜ ਅਸੀਂ ਫੇਰ ਵਾਅਦਾ ਕਰਦੇ ਹਾਂ ਵੀ ਇਸ ਤੋਂ ਬਾਅਦ ਇਹ ਕੰਮ ਨਹੀਂ ਹੋਊਗਾ। ਲੇਕਿਨ ਉਹ ਲਗਾਤਾਰ ਉਹ ਇਹੀ ਗੱਲ, ਅਫਸਰਾਂ ਕੋਲ ਅਸੀਂ ਮਿਲੇ ਹਾਂ, ਅਸੀਂ CA ਗਲਾਡਾ ਕੋਲ ਵੀ ਗਏ ਹਾਂ, ਅਸੀਂ ਉਹਨਾਂ ਨੂੰ ਮਿਲੇ ਹਾਂ, ਉਹਨਾਂ ਨੇ ਸਾਨੂੰ ਇਹੀ ਗੱਲ ਕਹੀ ਹੈ ਵੀ ਰੋਕ ਨਹੀਂ ਲੱਗ ਰਹੀ ਵੀ ਅਸੀਂ ਇਸ ਕਰਕੇ, ਨਹੀਂ ਤਾਂ ਉਹ ਵੀ ਵੇਟ ਕਰ ਰਿਹਾ ਵੀ ਹਾਈ ਕੋਰਟ ਦੇ ਫੈਸਲੇ ਆਉਣ, ਤੁਹਾਡੇ ਲਈ ਅਸੀਂ ਪੋਲਿਸੀ ਲੈ ਕੇ ਆਈਏ, ਤਾਂ ਕਿ ਅੱਜ ਤੱਕ ਸਾਨੂੰ ਇਹੋ ਲੱਗਦਾ ਜਿਹੜੀ ਪੋਲਿਸੀ ਆਏਗੀ ਇਹ ਸਰਕਾਰ ਨੇ ਅੱਜ ਤੱਕ ਹੀ ਲੈ ਕੇ ਆਈ। ਵੱਡਾ ਸਵਾਲ ਇਹ ਵੀ ਹੈ ਕਿ ਜੇਕਰ ਸਰਕਾਰ ਪੋਲਿਸੀ ਨਹੀਂ ਬਣਾ ਪਾ ਰਹੀ ਹਲੇ ਤੱਕ, ਤੇ ਜਿਹੜੇ ਛੋਟੇ ਪਲਾਟ ਹੈ ਜਾਂ ਗਰੀਬ ਹੈ ਉਹਨਾਂ ਲਈ ਫਿਰ ਕੌਣ ਕਲੋਨੀ ਕੱਟੂਗਾ, ਕਿਉਂਕਿ ਲੁਧਿਆਣਾ ਦੇ ਵਿੱਚ ਪਿਛਲੇ ਕਈ ਸਾਲਾਂ ਤੋਂ ਜਿਹੜੀ ਕਲੋਨੀ ਤੱਕ ਨਹੀਂ ਕੱਟੀ ਗਈ, ਖਾਸ ਕਰਕੇ ਗਰੀਬਾਂ ਲਈ। ਸੋ ਲੱਗਦਾ ਕਿ ਸਰਕਾਰ ਨੂੰ ਉੱਧਰ ਵੀ ਧਿਆਨ ਦੇਣ ਦੀ ਲੋੜ ਹੈ। ਦੇਖੋ ਜੀ, ਪਿੱਛੇ ਜੇ ਮੈਂ ਤੁਹਾਨੂੰ ਇਹ ਦੱਸਦਾ ਕਿ ਪ੍ਰਧਾਨ ਮੰਤਰੀ ਆਵਾਸ ਯੋਜਨਾ ਆਈ ਸੀ, ਤੁਹਾਡੀ ਨੌਲੇਜ 'ਚ ਹੋਏਗੀ, ਉਹਦੇ ਵਿੱਚ 50-50 ਗਜ ਦੀ ਪੋਲਿਸੀ ਆਈ ਸੀ ਉਹ ਸਾਰੀਆਂ ਸਰਕਾਰਾਂ ਨੇ, ਪੰਜਾਬ ਸਰਕਾਰ ਕੀ ਕਰਦੀ, ਸਾਰੀਆਂ ਪੰਜਾਬ ਸਰਕਾਰ ਨੇ ਵੀ ਉਹਨੂੰ ਕੀਤਾ ਸੀਗਾ, ਉਹਨਾਂ ਉੱਤੇ ਲੋਨ ਵੀ ਹੋਏ ਔਰ ਉਹਨਾਂ ਨੂੰ ਮੰਨਿਆ ਵੀ ਗਿਆ, ਕੋਈ NOC ਦੀ ਲੋੜ ਨਹੀਂ ਸੀ। ਦੇਖੋ ਇਹ ਬੜੇ ਵੱਡੇ ਲੈਵਲ ਦੇ ਉੱਤੇ ਗੱਲਾਂ ਨੇ, ਲੇਕਿਨ ਉਸ ਤੋਂ ਬਾਅਦ ਉਹ ਪੋਲਿਸੀ ਨੂੰ ਡਰਾਬੈਕ ਕਰ ਲਿਆ ਗਿਆ ਸੈਂਟਰ ਗੌਰਮੈਂਟ ਵੱਲੋਂ, ਤੇ ਇਸ ਕਰਕੇ ਦੇਖੋ ਸਟੇਟਾਂ ਨੂੰ ਵੀ ਪ੍ਰੋਬਲਮ ਆਈ। ਦੇਖੋ ਕਿਤੇ ਨਾ ਕਿਤੇ ਸੈਂਟਰ ਔਰ ਸਟੇਟ ਦੀ ਆਪਸ ਦੇ ਵਿੱਚ ਜਿਹੜੀ ਉਲਝਣ ਹੈ ਉਹ ਲੋਕਾਂ ਨੂੰ ਬਿਲਕੁਲ ਭੁਗਤਣੀ ਪੈ ਰਹੀ ਹੈ, ਇਹ ਚੀਜ਼ ਤਾਂ ਬਿਲਕੁਲ ਹੈਗੀ ਹੈ। ਲੇਕਿਨ ਇਹੋ ਜਿਹੀਆਂ ਜੇ ਪੋਲਿਸੀਆਂ ਆਉਣਗੀਆਂ ਤਾਂ ਸਟੇਟ ਤਾਂ ਵੱਧ ਚੜ੍ਹ ਕੇ ਉਹਦੇ 'ਚ ਹਿੱਸਾ ਲੈਣ ਨੂੰ ਤਿਆਰ ਹੀ ਬੈਠਾ ਵਾ। ਸਰ ਜਿਹੜੀ ਇਹ ਸਰਕਾਰਾਂ ਜਿਹੜੀਆਂ ਪਿਛਲੀਆਂ ਸਰਕਾਰਾਂ ਵੱਲੋਂ ਵੀ ਇਹ ਦਿੱਕਤ ਆ ਰਹੀ ਸੀ ਕਿ ਆਮ ਆਦਮੀ ਪਾਰਟੀ ਦੀ ਸਰਕਾਰ, ਪਿਛਲੀ 2010 ਤੋਂ ਮੈਂ ਤੁਹਾਨੂੰ ਦੱਸ ਰਿਹਾ ਜੀ, 2000 ਐਜੀਟੇਸ਼ਨ 'ਤੇ ਹਾਂ, 2010 ਤੋਂ ਲੈ ਕੇ ਐਜੀਟੇਸ਼ਨ 'ਤੇ ਹਾਂ, ਸਾਡੀ ਬਹੁਤ ਜ਼ਿਆਦਾ ਸਰਕਾਰਾਂ ਦੇ ਨਾਲ ਗੱਲਬਾਤ ਹੁੰਦੀ ਰਹੀ, ਸਾਡੇ ਨੁਮਾਇੰਦੇ ਮਿਲਦੇ ਰਹੇ, ਅਸੀਂ ਖੁਦ ਮਿਲਦੇ ਰਹੇ ਹਾਂ, ਅਸੀਂ ਕਿਹਾ ਜੀ ਕੋਈ ਅਫੋਰਡੇਬਲ ਸਾਨੂੰ ਇਹੋ ਜਿਹੀ ਪੋਲਿਸੀ ਦੇ ਦਿਓ, ਸਿੰਗਲ ਵਿੰਡੋ ਇਹ ਅੱਜ ਤੋਂ ਨਹੀਂ, ਅਸੀਂ 2010 ਤੋਂ ਡਿਮਾਂਡ ਕਰ ਰਹੇ ਹਾਂ ਸਾਰੀਆਂ ਸਰਕਾਰਾਂ ਨੂੰ। ਮੈਂ ਤੁਹਾਨੂੰ ਦੱਸ ਰਿਹਾ ਅਕਾਲੀ ਦਲ, BJP ਸਰਕਾਰ, ਕਾਂਗਰਸ ਦੀ ਸਰਕਾਰ, ਅੱਜ ਅਸੀਂ ਆਪਣੀ ਖੁਦ ਦੀ ਸਰਕਾਰ ਤੋਂ ਵੀ ਇਹ ਸਿੰਗਲ ਵਿੰਡੋ ਸਿਸਟਮ ਦਾ ਕਹਿ ਰਹੇ ਹਾਂ ਵੀ ਇੱਕ ਵਿੰਡੋ 'ਤੇ ਸਾਨੂੰ ਜਾ ਕੇ ਸਾਰੀਆਂ ਸਹੂਲਤਾਂ ਮਿਲਣ। ਪੰਜਾਬ ਗੌਰਮੈਂਟ ਨਾਲ ਹੀ ਧੱਕਾ ਹੋ ਰਿਹਾ ਕਿ ਹਰਿਆਣਾ ਜਾਂ ਅਸਾਮ ਕਾਇੰਡ ਆਫ ਅੱਗੇ ਕੋਈ? ਦੇਖੋ ਜੀ, ਫਿਲਹਾਲ ਪੰਜਾਬ ਗੌਰਮੈਂਟ ਨਾਲ ਹੀ ਧੱਕਾ ਹੋ ਰਿਹਾ। 2023